ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਕਿਵੇਂ ਹੋ? ਠੀਕ ਹੋ? ਸੋ ਅਸੀਂ ਜਾ ਰਹੇ ਹਾਂ ਇੰਡੀਆ, ਅਤੇ ਮੈਂ ਉਹਦੇ 'ਤੇ ਵਲੌਗ ਬਣਾ ਰਹੀ ਹਾਂ, ਅਤੇ ਆਪਾਂ ਤੁਹਾਨੂੰ ਦੱਸਾਂਗੇ ਸਾਡਾ ਕਿੱਦਾਂ ਦਾ ਐਕਸਪੀਰੀਅੰਸ। ਅਤੇ ਮੈਂ ਪੂਰੇ 1 ਸਾਲ 3 ਮਹੀਨੇ ਬਾਅਦ ਚੱਲੀ ਹਾਂ, ਅਤੇ ਮੋਸਟਲੀ ਜਿਹੜੇ ਮੇਰੇ ਟਿਕਟੋਕ ਦੇਖਦੇ ਨੇ ਜਾਂ ਜਿਨ੍ਹਾਂ ਨੇ ਮੇਰੇ ਇੰਸਟਾਗ੍ਰਾਮ ਦੇਖਿਆ, ਅਤੇ ਸਾਰਿਆਂ ਨੂੰ ਪਤਾ ਹੀ ਹੈ ਕਿ ਮੈਂ ਕਿਸ ਕਿਹਦੇ ਲਈ ਜਾ ਰਹੀ ਹਾਂ ਜਾਂ ਕਿਹੜੀ ਚੀਜ਼ ਲਈ ਜਾ ਰਹੀ ਹਾਂ ਇੰਡੀਆ। ਅਤੇ ਹੋਰ ਤੁਹਾਨੂੰ ਜਲਦੀ ਅੱਗੇ ਨਾ ਅੱਗੇ ਦਿਖਾਵਾਂਗੇ, ਮੈਂ ਅਤੇ ਮੰਮਾ ਜਾ ਰਹੇ ਹਾਂ, ਅਤੇ ਬਾਕੀ ਹੋਰ ਵੀ ਸਰਪ੍ਰਾਈਜ਼ ਦੇ ਕੇ ਸਾਡੇ ਨਾਲ ਕੌਣ ਜਾ ਰਿਹਾ, ਬਾਕੀ ਫਿਰ ਤੁਹਾਨੂੰ ਅੱਗੇ ਦੱਸਾਂਗੇ ਜ਼ਰੂਰ। ਅਤੇ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਬੈੱਲ ਆਈਕਨ ਨੂੰ ਪ੍ਰੈਸ ਕਰ ਲਓ, ਅਤੇ ਵੀਡੀਓ ਨੂੰ ਲਾਈਕ ਕਰੋ ਅਤੇ ਸ਼ੇਅਰ ਕਰੋ, ਅਤੇ ਫਿਰ ਅੱਗੇ ਤੋਂ ਅੱਗੇ ਨਿਊ ਨੂੰ ਵਲੌਗ ਹੁਣ ਆਉਂਦੇ ਰਹਿਣਗੇ ਕਿ ਇੰਡੀਆ ਦੇ, ਕਿ ਮੈਂ ਜਾ ਰਹੀ ਹਾਂ, ਕਿਸ ਚੀਜ਼ ਲਈ ਜਾ ਰਹੀ ਹਾਂ, ਹਰ ਚੀਜ਼ 'ਤੇ ਵਲੌਗ ਆਏਗਾ। ਆ ਸਾਰਾ ਟੈਚੀ ਵਗੈਰਾ ਪੈਕ ਹੋ ਗਏ ਨੇ, ਬਾਅਦ 'ਚ ਡੈਡੀ ਜੀ ਨੇ ਅਤੇ ਹੈਪੀ ਨੇ ਵੀ ਆਉਣਾ, ਉਹਨਾਂ ਦੇ ਵੀ ਐਡਵਾਂਸ 'ਚ ਪੈਕਿੰਗ ਹੋ ਚੁੱਕੀ ਹੈ। ਬਾਕੀ ਅੱਗੇ ਦੇਖੋ, ਜਲਦੀ ਸਵੇਰੇ ਸਾਡੀ ਫਲਾਈਟ ਹੈ 30 ਨਵੰਬਰ ਨੂੰ। ਬਾਕੀ ਅੱਗੇ ਦਿਖਾਉਂਦੇ ਹਾਂ ਤੁਹਾਨੂੰ, ਸੈਂਟੀਮੈਂਟ ਹੋ ਚੁੱਕਿਆ, ਹੈਪੀ ਦਾ ਦਿਲ ਨਹੀਂ ਲੱਗਣਾ ਮੰਮੀ ਤੋਂ ਬਿਨਾਂ, ਸਿਰਫ 20 ਦਿਨ ਦਾ ਰਹਿ, 20 ਦਿਨ ਰਹਿਣਾ ਅਤੇ ਇਹਨਾਂ ਦਾ ਹਾਲ ਦੇਖੋ। ਰੋਣ ਵਰਗਾ ਸੈਂਟੀਮੈਂਟ ਹੋ ਗਿਆ ਹੈਪੀ ਦਾ। ਸੋ ਅਸੀਂ ਅਗਲੀ ਸਵੇਰ ਚੜ੍ਹ ਗਈ, ਮਤਲਬ ਕਿ 30, ਅਤੇ ਅਸੀਂ ਰੈਡੀ ਹੋ ਗਏ ਹਾਂ, ਬਾਕੀ ਹੁਣ ਤੁਰਨ ਲੱਗੇ ਹਾਂ ਘਰੋਂ, ਅਤੇ 7 ਵਜੇ ਨਿਕਲਣਾ ਸੀ, ਅਤੇ 11:30 ਫਲਾਈਟ ਉੱਡਣੀ ਆ ਹੁਣ ਜਾ ਕੇ, ਅਤੇ ਫਿਰ ਬੋਰਡਿੰਗ ਵਗੈਰਾ ਕਰਾਵਾਂਗੇ, ਕਿਉਂਕਿ ਰਸਤੇ ਵਿੱਚ ਟਾਈਮ ਲੱਗਣਾ, ਇੱਥੋਂ ਏਅਰਪੋਰਟ ਦੂਰ ਹੈ, ਅਤੇ ਫਿਰ ਉਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਕਿ ਕਿੱਦਾਂ ਦਾ ਰਿਹਾ। ਹੈਂਡ ਕੈਰੀ ਵੀ ਪਹੁੰਚ ਗਏ ਹਾਂ ਏਅਰਪੋਰਟ 'ਤੇ, ਹੁਣ ਅਜੇ ਤੱਕ ਬੋਰਡਿੰਗ ਵਗੈਰਾ ਹੋਣ ਨੂੰ ਟਾਈਮ ਪਿਆ ਆ, ਆਪਾਂ ਵੇਟ ਕਰਾਂਗੇ ਹੁਣ ਇੱਥੇ, ਫਿਰ ਉਸ ਤੋਂ ਬਾਅਦ ਅੱਗੇ ਜਾਵਾਂਗੇ। ਲਿਸਬਨ ਦਾ ਏਅਰਪੋਰਟ ਟਰਮੀਨਲ 1, ਜਿੱਦਾਂ ਕਿ ਤੁਹਾਨੂੰ ਮੈਂ ਕਿਹਾ ਸੀ ਕਿ ਤੁਹਾਡੇ ਲਈ ਇੱਕ ਸਰਪ੍ਰਾਈਜ਼ ਹੈ ਕਿ ਕੋਈ ਜਾ ਰਿਹਾ ਹੈ ਸਾਡੇ ਨਾਲ, ਅਤੇ ਸਰਪ੍ਰਾਈਜ਼ ਕੌਣ ਜਾ ਰਿਹਾ ਸਾਡੇ ਨਾਲ? ਨਿੰਦਰ ਵੀ ਸਾਡੇ ਨਾਲ ਹੀ ਜਾ ਰਹੇ ਨੇ, ਜਹਾਜ਼ 'ਚ ਬਹਿ ਕੇ, ਸਾਰੇ ਜਹਾਜ਼ 'ਚ ਬਹਿ ਕੇ ਹੀ ਜਾਂਦੇ ਆ। ਬੋਰਡਿੰਗ ਵਗੈਰਾ ਹੋ ਚੁੱਕੀ ਹੈ ਚੈੱਕ ਇਨ, ਅਤੇ ਹੁਣ ਸਿਰਫ ਪਲੇਨ ਦੀ ਵੇਟ ਹੁੰਦੀ ਪਈ ਹੈ, ਅਤੇ ਗੇਟ ਕਹਿੰਦੇ ਖੁੱਲ੍ਹ ਗਿਆ ਆ ਇਸਤਾਨਬੁਲ ਦਾ, ਕਿਉਂਕਿ ਸ਼ੇਅਰ ਲਾਈਨ ਆ, 11:30 ਫਲਾਈਟ ਉੱਡਣੀ ਆ ਨਾ, ਅਤੇ 10 ਵਜੇ ਚੈੱਕ ਇਨ ਖੁੱਲ੍ਹ ਗਈ। ਓ ਸੋ ਮੰਮੀ ਉਹ ਬੈਠੀ ਆ ਵੇਟ ਕਰ ਰਹੀ, ਜੈਕਟ ਜੁਕਟ ਦੇਖੋ ਖਲਾਰਾ, ਬਸ ਗੇਟ ਖੁੱਲ੍ਹ ਗਿਆ, ਹੁਣ ਚੱਲੇ ਆ ਸਾਰੇ ਜਹਾਜ਼, ਤਾਂ ਲੈਂਦੇ ਸਾਡੇ ਰਿਸ਼ਤੇਦਾਰ ਬਹੁਤ ਗੁੱਸਾ ਕਰਨਗੇ, ਸਾਡੇ ਕੋਠੇ ਤੋਂ ਲੰਘ ਗਿਆ, ਚਾਹ ਪਾਣੀ ਨਹੀਂ ਪੀ ਕੇ ਗਿਆ, ਤਾਂ ਕਰਕੇ ਜਹਾਜ਼ ਹੀ ਲੈਣ ਦੇ। ਸੋ ਹੁਣ ਗੇਟ ਖੁੱਲ੍ਹ ਗਿਆ, ਅਤੇ ਮੰਮੀ ਨੇ ਦੇਖੋ ਸਮਾਨ ਫੜਿਆ ਹੋਇਆ, ਬੈਗ ਦਵਿੰਦਰ, ਅਤੇ ਮੈਂ ਲੈਪਟੋਪ ਫੜਿਆ ਹੋਇਆ, ਨੈਕਸਟ ਚੀਜ਼ ਗੇਟ ਚੱਕਣ ਲਈ ਨਾਲ ਆਏ ਹਾਂ ਅਸੀਂ, ਅਸੀਂ ਤਾਂ ਭਾਰ ਚੱਕਣ ਲਈ ਆਏ ਇੱਥੇ, ਜਾ ਆਈ ਥਿੰਕ ਸੋ ਦੂਰ ਖਲੋਤਾ ਇਸ ਕਰਕੇ ਸਾਰੇ ਨੂੰ ਵੇਖ ਲਓ, ਬੱਸ ਤੇ ਜਾ ਰਹੇ, ਇੰਨੇ ਪੈਸੇ ਵੀ ਲਾਏ ਤੇ ਜੇ ਜਾਣਾ ਹੀ ਬੱਸ ਤੇ ਹੀ ਸੀ, ਉਦਾਂ ਚੱਲ ਜਣਾ ਹੈਗਾ, ਬਹੁਤ ਮਾੜਾ ਕੀਤਾ, ਜਹਾਜ਼ ਮੈਂ ਤਾਂ ਨਹੀਂ ਲੈਂਦਾ ਵੀ ਮੇਰੇ ਰਿਸ਼ਤੇਦਾਰ ਜਿਹੜੇ ਗੁੱਸਾ ਨਾ ਕਰਨ, ਸਾਡੇ ਪੈਰ ਜਾ ਪੀ ਕੇ ਨਹੀਂ ਗਿਆ, DHL ਵਾਲਿਆਂ ਦੇ ਜਹਾਜ਼ ਵੀ ਖਲੋਤੇ ਉੱਥੇ, ਵੀ ਕਿੱਥੇ ਵੀਡੀਓ ਬਣਾਈ ਮੇਰੀ ਸਾਰੀ। ਤੋ ਪਹੁੰਚ ਗਏ, ਆ ਲੱਗਿਆ ਜਹਾਜ਼।
ਲੈਣਾ ਹੀ ਨਹੀਂ ਆਪਣਾ ਜਹਾਜ਼ ਲੈਣਾ ਹੀ ਬੋਲਦਾ। बार बारिश बारिश लगी है, कितना सोहना व्यू होता पता। ਜਾਂਦਾ ਪਿਆ 414 ਮਿੰਟ, ਉਹ 1 ਘੰਟਾ 10 ਮਿੰਟ, 1 ਘੰਟਾ 10 ਮਿੰਟ ਹੋਰ ਰਹਿ ਗਏ ਨੇ, 414 ਮਿੰਟ ਡਿਸਟੈਂਸ ਰਹਿ ਗਿਆ। ਬਸ ਜਲਦੀ ਇੱਥੇ ਪਹੁੰਚ ਜਾਣਾ, ਫਿਰ ਉੱਥੋਂ ਅਗਲੀ ਫਲਾਈਟ, 1 ਘੰਟਾ 45 ਮਿੰਟ ਦੀ ਸਟੇ ਉੱਥੇ ਪਾ ਲੈਣੀ। ਅਤੇ ਤੁਰਕਿਸ਼ ਦੀ ਸਰਵਿਸ ਬਹੁਤ ਜ਼ਿਆਦਾ ਵਧੀਆ, ਬਹੁਤ ਸੋਹਣਾ ਜਹਾਜ਼, ਬਹੁਤ ਵਧੀਆ ਸਰਵਿਸ। ਪੁੱਛੋ ਪਰਦੇਸੀਆਂ ਦੇ ਠੰਡ ਕਿਵੇਂ ਪੈਂਦੀ ਹੈ ਜੀ, ਜਦੋਂ ਕਦੀ ਜਾਂਦੇ ਨੇ ਪੰਜਾਬ ਨੂੰ, ਦੇ ਦੇ ਉਹ ਸੁਨੇਹਾ ਕੋਈ ਜਨਾਬ। ਇੰਡੀਗੋ ਫਲਾਈਟ ਵਿੱਚ ਬਹਿ ਗਏ ਹਾਂ, ਸਟੇ ਬਹੁਤ ਘੱਟ ਸੀਗੀ ਅਤੇ ਦੌੜ ਦੌੜ ਕੇ ਮੰਮੀ ਦੇਖੋ ਹਾਂਜੀ ਮੰਮੀ ਪਰੌਂਠਾ ਅੱਜ ਤੱਕ ਅਸੀਂ ਇੰਡੀਗੋ ਦੇ ਪਲੇਨ 'ਚ ਇੰਡੀਗੋ ਏਅਰਲਾਈਨ ਜਾਂਦੇ ਪਏ ਹਾਂ ਇਸਤਾਨਬੁਲ ਤੋਂ ਦਿੱਲੀ ਨੂੰ, ਅਤੇ ਸਾਰੀਆਂ ਲਾਈਟਾਂ ਬੰਦ ਆ ਆਲਮੋਸਟ, ਸ਼ਾਇਦ 1.5 ਘੰਟੇ ਤੱਕ ਜਹਾਜ਼ ਲੈਂਡ ਹੋਣ ਵਾਲਾ ਹੈ। ਅਤੇ ਫਿਰ ਆਪਾਂ ਤੁਹਾਨੂੰ ਮਿਲਦੇ ਹਾਂ ਦਿੱਲੀ 'ਚ ਆ ਕੇ। ਸਾਰਿਆਂ ਦੀ ਬਸ ਇੰਡੀਗੋ ਵਾਲੇ ਜਿਹੜੇ ਆ ਉਹਨਾਂ ਨੇ ਸਾਡੇ ਕੋਲ 250 ਰੁਪਈਆ ਕੋਕੇ ਕੋਲ ਦੇ ਲੈਣ, ਉਹ ਬਹੁਤ 200 ਰੁਪਈਆ ਪਹੁੰਚ ਗਏ ਹਾਂ ਦਿੱਲੀ ਏਅਰਪੋਰਟ 'ਤੇ। ਰਸਤੇ 'ਚ ਖਾ ਪੀ ਕੇ ਸੋਸ ਹੋ ਗਏ, ਹੁਣ ਪਹੁੰਚੇ ਹਾਂ, ਹੁਣ ਇੱਥੋਂ ਲਗੇਜ ਵਗੈਰਾ ਲਵਾਂਗੇ, ਲਗੇਜ ਵਗੈਰਾ ਲੈ ਕੇ ਫਿਰ ਆਪਾਂ ਗੱਡੀ ਆਈ ਹੋਈ ਹੈ ਬਸ ਉੱਥੇ ਬਹਿਣਾ ਅਤੇ ਜਾਣਾ ਪਿੰਡ ਨੂੰ। ਪਹਿਲਾਂ ਅਸੀਂ ਨਾਨਕੇ ਜਾਵਾਂਗੇ, ਉਸ ਤੋਂ ਬਾਅਦ ਅਗਲੇ ਦਿਨ ਜਾਵਾਂਗੇ ਆਪਣੇ ਘਰ, ਕਿਉਂਕਿ ਅਸੀਂ ਅਤੇ ਸਾਰਿਆਂ ਦਾ ਇਹ ਵੀ ਕੁਸ਼ਚਨ ਹੋਏਗਾ ਕਿ ਅਸੀਂ ਹਮੇਸ਼ਾ ਨਾਨਕੇ ਹੀ ਕਿਉਂ ਪਹਿਲਾਂ ਜਾਂਦੇ ਹਾਂ। ਲਾਸਟ ਟਾਈਮ ਵੀ ਤੁਸੀਂ ਦੇਖਿਆ ਹੋਏਗਾ ਆਪਾਂ ਆਉਂਦੇ ਵੀ ਨਾਨਕਿਆਂ ਤੋਂ ਜਾਂਦੇ ਨਹੀਂ, ਕਿਉਂਕਿ ਸਾਡੇ ਘਰ ਕੋਈ ਨਹੀਂ ਹੈਗਾ, ਮੇਰੇ ਦਾਦਾ ਦਾਦੀ ਹੈ ਨਹੀਂ, ਇਸ ਕਰਕੇ
ਟਾਈਮ ਲੱਗਿਆ ਬਸ ਵੇਟ ਕਰਨ ਨੇ ਲਗੇ ਜੀ ਉਹ ਸਾਡਾ ਹੀ ਹੋ ਜਿਹੜਾ ਔਰੇਂਜ ਪੱਟੀ ਵਾਲਾ आ गई गड्डी से हूँ रख लगे बैग से जावांगे कुछ आंदे कुछा मिल गया पछाण गया कहिंदा बारू आए है जिंदर देखो कुत्ता पछाण गया कहिंदा बारू आए की लिया है मेरे वास्ते अनमोल पापा जी सारे खलोते पे अनमोल खत्म हो गया अनमोल तेल चोरी खत्म हो गया तेल है क्या सत श्री अकाल किदा वधिया ठीक है ओ मत्था ठीक दा है ठीक है बड़ा फिर सत श्री अकाल किदा मेरे मुंडिया ठीक है की हाल है ठीक है सो असी नानके पहुंच गए थे बट ओदे तो बाद फिर हुन असी अगले दिन राती सो गए रेस्ट वगैरह की थी तो ओदे बाद हुन असी चले अपने पिंड नू ਤੇ ਪਿੰਡ ਵੀ ਆਲਮੋਸਟ ਅਸੀਂ ਪਹੁੰਚ ਚੱਲੇ ਹਾਂ ਉਧਰ ਸਾਡਾ ਪਿੰਡ ਆਪਾਂ ਕਦੋਂ ਦੇ ਨਿਕਲੇ ਤੇ ਮੰਮੀ ਦੇਖੋ ਡਰਾਈਵਿੰਗ ਸਮਾਨ ਸਮੂਨ ਲੋਦੇ ਐ ਅਸੀਂ ਪਿੱਛੇ ਸਾਰਾ ਟਿੱਕੀ ਚ ਵੀ ਤੇ ਉੱਦਾਂ ਵੀ ਬਾਕੀ ਹੁਣ ਜਾ ਰਹੇ ਹਾਂ ਘਰ ਫਿਰ ਅੱਗੇ ਦੇਖਦੇ ਹਾਂ ਫਾਈਨਲੀ ਸਾਡੇ ਮਿਆਣੀ ਦਾ ਮੋੜ ਆ ਗਿਆ ਕਿੰਨੀ ਮਿੱਟੀ ਹੋਏ ਇਹ ਮਿੱਟੀ ਨਹੀਂ ਹੈ ਮਿੱਟੀ ਤੇ ਖਾਣਾ ਨਹੀਂ ਬਾਹਰ ਬਿਲਕੁਲ ਵੀ ਮਿੱਟੀ ਨਹੀਂ ਹੁੰਦੀ ਹੈਗੀ ਤੇ ਇੱਥੇ ਆ ਕੇ ਦੇਖਣ ਨੂੰ ਮਿਲਦੀ ਮਿੱਟੀ ਤੇ ਹੁਣ ਵਿੱਚ ਦੀ ਦੇਖੋ ਵਿਊ ਕਿੰਨਾ ਸੋਹਣਾ ਸੂਰਜ ਦੇ ਨਾਲ ਹਲਕਾ ਹਲਕਾ ਫਾਈਨਲੀ ਅਸੀਂ ਪਿੰਡ ਪਹੁੰਚ ਗਏ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਹਾਂ ਜੀ ਇੱਕ ਮਿੰਟ ਹਾਂ ਤਾਂ ਆਇਆ ਸਤਿ ਸ਼੍ਰੀ ਅਕਾਲ ਕਿੱਡੀ ਛੋਟੀ ਹੋ ਗਈ ਫਾਈਨਲੀ ਅਸੀਂ ਪਹੁੰਚ ਗਏ ਆਪਣੇ ਘਰ ਤਾਂ ਹੀ ਮੈਂ ਬਾਹਰ ਹੀ ਖਲੋ ਗਈ ਮੈਂ ਕਿਹਾ ਇਹਨਾਂ ਨੇ ਤੇਲ ਨਹੀਂ ਚੋਇਆ ਮੈਂ ਇੱਥੇ ਖਲੋਤੀ ਰਹਿਣਾ
ਤਾਈ ਮੈਂ ਕਿਹਾ ਇਹਨਾਂ ਨੇ ਤੇਲ ਨਹੀਂ ਚੋਇਆ ਮੈਂ ਬਾਹਰ ਖਲੋ ਗਈ ਦੇਖ ਲਓ ਬੈਠਾ ਹੋਵੇ ਟੁੱਡੂ ਜਿਹਾ ਜੋਤੀ ਦਾ रखना हिसाब पै गया उठ के जहाज विच आया पर देस मेरा दिल ता पंजाब रह गया के जहाज बिच आया पर देश मेरा दिल का पंजाब रह गया।